ਮੇਰੀ ਨਾ ਇੱਕ ਗੱਲ ਧਿਆਨ ਨਾਲ ਸੁਣ ਲਓ, ਜਿੱਦਾਂ ਘਰ ਢਿੱਲੇ ਜੇ ਬੋਲਣ ਡਏ ਸੀ ਨਾ, ਇੱਦਾਂ ਗੱਲ ਨਹੀਂ ਗੀ ਬਣਨੀ। ਪਰ ਅਮਨ ਕੁੜਮਾਂ ਦੇ ਘਰ ਆਣ ਕੇ ਤਾਂ ਉੱਚੀ ਉੱਚੀ ਬੋਲਦੇ ਚੰਗੇ ਲੱਗਾਂਗੇ। ਉਹ ਧੀ ਵਾਲੇ ਆ, ਉਹ ਸਾਡੇ ਘਰ ਜਾ ਕੇ ਉੱਚੀ ਉੱਚੀ ਬੋਲਦੇ ਆ, ਕੀ ਗੱਲ ਅਸੀਂ ਨਹੀਂ ਬੋਲ ਸਕਦੇ? ਜਿਨ੍ਹਾਂ ਨੇ ਪੜੋਲ ਪੈਸਿਆਂ ਦਾ ਲਾਇਆ ਵਾ, ਗੱਲ ਕਿਸੇ ਤਰੀਕੇ ਨਾਲ ਕਰਨੀ ਜੇ, ਜੇ ਮੈਨੂੰ ਬੋਲਣਾ ਪਿਆ ਤਾਂ ਮੈਂ ਵੀ ਬੋਲ ਪੈਣਾ ਜੇ ਵਿੱਚ। ਚਲੋ ਅੰਦਰ ਤੇ ਚਲੀਏ ਪਹਿਲਾਂ। ਆਹੋ ਚਲੋ। ਘਰ ਤੇ ਲੱਭਣ ਕੋਈ ਨਹੀਂ ਡਿਆ। ਵਾਏ ਮਾਰ, ਮੈਂ ਮਾਰਦੀ ਆਵਾਜ਼। ਭੈਣ ਜੀ, ਮੇਰੇ ਹਿਸਾਬ ਨਾਲ ਘਰ ਹੀ ਨਹੀਂ ਹੈ ਕੋਈ ਵੀ। ਨਹੀਂ ਨਹੀਂ, ਆਵੇ ਆਵਾਜ਼ ਆਉਣ ਡਈ ਬੋਲਣ ਦੀ। ਭਾਜੀ ਬੋਲਦੇ ਨੀ, ਗੱਲ ਸੁਣ ਮੇਰੀ। ਭਾਜੀ ਉਹ ਮੈਂ ਕੈਮਰਾ ਥਾਈ ਵੇਖਣ ਡਈ ਹਾਂ, ਤੇ ਜੋਬਨ ਦੇ ਸੱਸਰ ਆਏ ਬਾਹਰ। ਅੱਛਾ, ਜੋਬਨ ਵੀ ਆਇਆ ਨਾਲ? ਨਹੀਂ, ਜੋਬਨ ਤੇ ਨਹੀਂ ਲੱਗਦਾ। ਚੱਲ ਠੀਕ ਆ, ਕੋਈ ਨੀ, ਲਿਆ ਨਾ ਤੇ ਨਾਲ ਉਹ ਲਵਲੀ ਆਵਾਜ਼ ਨਾਲ। ਮੈਂ ਗੇਟ ਨਹੀਂ ਨਾ ਖੋਲਿਆ ਜੀ। ਕੋਈ ਨੀ, ਜਾਓ ਖੋਲੋ ਤੁਸੀਂ ਗੇਟ। ਖੁਲਾਓ ਅੰਦਰ। ਪਾਣੀ ਲੈ ਕੇ ਆਉਂਦੇ। ਉਹ ਸੁਣਾਓ ਭਾਜੀ, ਸਭ ਠੀਕ ਠਾਕ? ਹਾਂ ਵਧੀਆ ਵਧੀਆ, ਤੁਸੀਂ ਸੁਣਾਓ? ਵਾਹ ਠੀਕ, ਕਿਰਪਾ ਮਾਲਕ ਦੀ। ਤੇ ਆਇਆ ਜੀ ਕੋਈ ਜੋਤ ਦਾ ਫੋਨ? ਫੰਦ ਨਹੀਂ ਆਇਆ, ਫੋਨ ਨਹੀਂ ਜੇ ਆਇਆ। ਤੁਹਾਨੂੰ ਵੀ ਪਤਾ ਵਾ ਵੀ ਸਾਡਾ ਧਿਆਨ ਉਹਦੇ ਵਿੱਚ ਹੀ ਆ। ਉਹ ਤਾਂ ਠੀਕ ਆ ਭਾਜੀ, ਪਰ ਇੱਥੇ ਵੀ ਨਹੀਂ ਕੀਤਾ ਫੋਨ ਉਹਨੇ, ਅਸੀਂ ਵੀ ਸਗੋਂ ਫਿਕਰ ਕਰਦੇ ਹਾਂ। ਠੀਕ ਆ, ਅਸੀਂ ਤਾਂ ਹੀ ਆਏ ਸੀ, ਅਸੀਂ ਆ ਕੇ ਸ਼ਾਇਦ ਇੱਥੇ ਨਾ ਲੱਗਾ ਹੋਵੇ ਤਾਂ ਚੱਲ ਉੱਥੇ ਕਰਤਾ ਹੋਣਾ ਵਾ, ਅਤੇ ਪਤਾ ਕਰਕੇ ਆਉਂਦੇ ਹਾਂ। ਹੁਣ ਕੀਤਾ ਨਹੀਂ ਅਜੇ, ਹੋ ਸਕਦਾ ਸਿਮ ਸੁਮ ਲੈਣੀ ਹੋਵੇ ਫਿਰ ਕਰੂੰਗੇ। ਪਰ ਭਾਜੀ ਉਹਦਾ ਫਿਕਰ ਵਾਲੀ ਗੱਲ ਵਾ, ਦੋ ਦਿਨ ਹੋ ਗਏ ਗਈ ਨੂੰ, ਫੋਨ ਤਾਂ ਹੋਣਾ ਚਾਹੀਦਾ ਹੀ ਉਹਦਾ। ਕੋਈ ਨਹੀਂ ਆਜੂਗਾ, ਟੈਨਸ਼ਨ ਨਾ ਲਓ। ਭੈਣ ਜੀ ਤੁਸੀਂ ਕਹਿਣ ਡੇ ਫਿਕਰ ਨਾ ਕਰੋ, ਸਾਡੇ ਘਰ ਤਾਂ ਕਿਸੇ ਨੇ ਰੋਟੀ ਨਹੀਂ ਖਾਧੀ, ਅਤੇ ਤੁਹਾਡੀ ਸਿਹਤ 'ਤੇ ਕੋਈ ਅਸਰ ਹੀ ਹੈ ਨਹੀਂ ਗਾ। ਤੁਸੀਂ ਕਹਿਣ ਡੇ ਕੋਈ ਗੱਲ ਨਹੀਂ ਆਜੂਗਾ ਫੋਨ, ਇਹ ਕਿੱਦਾਂ ਦੀ ਗੱਲ ਹੋਈ? ਤੁਸੀਂ ਮਾਂ ਪਿਓ ਜੇ, ਤੁਹਾਨੂੰ ਕੋਈ ਫਿਕਰ ਨਹੀਂ ਹੈਗਾ ਧੀ ਗਈ ਆ? ਫਿਕਰ ਭੈਣ ਜੀ ਸਾਨੂੰ ਵੀ ਬੜਾ ਆ, ਪਰ ਅਸੀਂ ਇਹ ਵੀ ਸੋਚਿਆ ਨਾ ਵੀ ਕੋਈ ਗੱਲ ਨਹੀਂ, ਕੋਈ ਕੰਮ ਹੋਊਗਾ, ਕਿਤੇ ਫ੍ਰੀ ਹੋ ਗਏ ਫਿਰ ਫੋਨ ਕਰ ਦੋਗੀ, ਤੁਸੀਂ ਤਾਂ ਫਿਰ ਇਕੱਠੀ ਟੈਨਸ਼ਨ ਜ਼ਿਆਦਾ ਲਈ ਜਾਣ ਡੇ ਜੀ। ਵੇਖੋ ਭੈਣ ਜੀ, ਜੇ ਸਿਮ ਉਹਨੇ ਲੈਣੀ ਸੀ ਨਾ ਲਈ ਅਜੇ, ਤਾਂ ਕੋਈ ਗੱਲ ਨਹੀਂ, ਨਾਲ ਜਿੱਥੇ ਗਈ ਆ ਕੋਈ ਭੈਣ ਸਹੇਲੀ ਹੋਊਗੀ ਨਾ, ਉਹਦੇ ਫੋਨ ਤੋਂ ਫੋਨ ਕਰਕੇ ਮਾੜਾ ਮੋਟਾ ਤਾਂ ਦੱਸਦੀ ਨਾ ਵੀ ਮੈਂ ਪਹੁੰਚ ਗਈ ਹਾਂ ਠੀਕ ਠਾਕ। ਇਹ ਕਿੱਦਾਂ ਦੀ ਗੱਲ ਹੋਈ? ਬੱਚੇ ਤਾਂ ਉਸੇ ਵੇਲੇ ਮਾਂ ਪਿਓ ਨੂੰ ਦੱਸ ਦਿੰਦੇ ਆ, ਮਾਂ ਪਿਓ ਦੀ ਜਾਨ ਤਾਂ ਕੜਾਹੀ 'ਚ ਪਈ ਹੁੰਦੀ ਆ ਜਿੰਨਾ ਚਿਰ ਬੱਚੇ ਪਹੁੰਚਦੇ ਨੀਗੇ। ਭੈਣ ਜੀ ਤੁਹਾਡੀ ਗੱਲਾਂ ਸਹਿਮਤ ਆ, ਸਾਨੂੰ ਵੀ ਫਿਕਰ ਹੈਗਾ ਆ, ਅਸੀਂ ਵੀ ਧੀ ਤੋਰੀ ਆ ਘਰੋਂ। ਜਿੱਦਾਂ ਦਾ ਮੈਂ ਤੁਹਾਡਾ ਹਿਸਾਬ ਕਿਤਾਬ ਵੇਖਣ ਡਈ ਹਾਂ ਨਾ, ਮੈਨੂੰ ਤਾਂ ਲੱਗਦਾ ਨਹੀਂ ਵੀ ਤੁਹਾਨੂੰ ਫਿਕਰ ਹੈਗਾ ਵਾ। ਸਾਨੂੰ ਫਿਕਰ ਵਾ ਤਾਂ ਸਵਸਥ ਆ ਗਏ ਕਿ ਨਹੀਂ ਤੁਹਾਡੇ ਘਰ ਅਸੀਂ? ਦੱਸ ਭੈਣ ਜੀ ਕਿੱਦਾਂ ਦੀਆਂ ਗੱਲਾਂ ਕਰਨ ਡੇ? ਉਹ ਮਾਸੀ ਜੀ ਸਾਨੂੰ ਵੀ ਟੈਨਸ਼ਨ ਹੁੰਦੀ ਆ ਜਿੰਨੀ ਤੁਹਾਨੂੰ ਆ, ਤੁਸੀਂ ਤਾਂ ਐਵੇਂ ਜਾਣ ਕੇ ਡੇ ਜੇ ਕਹਿਣ। ਪੁੱਤ ਤੁਹਾਡੇ ਮੂੰਹਾਂ ਵੱਲ ਵੇਖ ਕੇ ਨਾ ਮੈਨੂੰ ਸਾਰਾ ਪਤਾ ਲੱਗਣ ਡਿਆ ਵਾ ਵੀ ਤੁਹਾਨੂੰ ਫਿਕਰ ਕਿੰਨੀ ਕੁ ਵਾ।
ਉਹ ਦੱਸੋ ਹੁਣ ਫੋਨ ਨਹੀਂ ਆਇਆ ਤੇ ਸਾਡੇ ਮੂੰਹਾਂ ਨੂੰ ਕੀ ਹੋ ਜਾਣਾ ਹੈ? ਫੋਨ ਸਾਨੂੰ ਨਹੀਂ ਸੀ ਆਉਣਾ, ਤੁਹਾਨੂੰ ਤੇ ਆ ਗਿਆ ਵਾ। ਭਾਵੇਂ ਲੱਖ ਪੋਚੇ ਪਾਓ, ਮੈਂ ਨਿਆਣੀ ਨਹੀਂ ਗੀ, ਮੈਨੂੰ ਸਾਰਾ ਪਤਾ ਲੱਗਣ ਡਿਆ ਵਾ। ਜੇ ਤੁਹਾਨੂੰ ਆਇਆ ਪੁੱਛਣਾ ਹੈ ਕਿ ਜਾਂ ਲੜਨਾ ਹੈ ਸਾਡੇ, ਜੇ ਤੁਹਾਨੂੰ ਆ ਗਿਆ ਤਾਂ ਤੁਸੀਂ ਦੱਸ ਦਿਓ ਵੀ ਫੋਨ ਆ ਗਿਆ ਵਾ, ਸਾਨੂੰ ਆਇਆ ਹੀ ਨਹੀਂ। ਵੇਖੋ ਭਾਜੀ, ਜਿੱਥੇ ਜੋਤ ਗਈ ਉਹ ਤੁਹਾਡੇ ਰਿਸ਼ਤੇਦਾਰ ਵਾ, ਤੇ ਤੁਸੀਂ ਉਹਨਾਂ ਨੂੰ ਫੋਨ ਕਰਕੇ ਤੁਸੀਂ ਪੁੱਛ ਹੀ ਸਕਦੇ ਜੀ ਵੀ ਜੋਤ ਆਈ ਆ ਕਿ ਨਹੀਂ ਆਈ। ਭਾਜੀ ਜੇ ਉਹਨਾਂ ਨਾਲ ਗੱਲ ਹੋਈ ਹੁੰਦੀ ਤਾਂ ਫਿਰ ਅਸੀਂ ਦੱਸਦੇ ਨਾ ਤੁਹਾਨੂੰ। ਉਹ ਭਾਜੀ ਕਿੱਦਾਂ ਦੀਆਂ ਗੱਲਾਂ ਕਰਨ ਡੇ ਜੇ? ਹੋ ਸਕਦਾ ਡਿਊਟੀ ਤੇ ਗਈ ਹੋਵੇ ਕੁੜੀ ਉਹ ਵੀ, ਠੀਕ ਹੈ ਨਾ, ਜਦੋਂ ਆਊਗਾ ਭਾਜੀ ਗੱਲ ਕਰਾ ਦਾਂਗੇ ਤੁਹਾਡੀ। ਸਾਰਾ ਟੱਬਰ ਹੀ ਸਾਡਾ ਡਿਊਟੀ 'ਤੇ ਚੱਲ ਗਿਆ ਜੀ, ਬਾਕੀ ਜੀਤ ਮਗਰ ਹੋਣਗੇ ਹੀ ਨਾ। ਵੇਖੋ ਹੁਣ ਇਹਦੇ ਵਿੱਚ ਨੇੜੇ ਤੇੜੇ ਹੋਵੇ ਤਾਂ ਜਾ ਕੇ ਬੰਦਾ ਕੋਈ ਪੁੱਛ ਹੀ ਆਵੇ, ਹੈਂ, ਅਸੀਂ ਕਿਹੜੀ ਗੱਲ ਤੁਹਾਨੂੰ ਝੂਠ ਬੋਲਣਾ ਭਾਜੀ, ਸਾਨੂੰ ਨਹੀਂ ਫਿਕਰ। ਪਤਾ ਗੱਲ ਕੀ ਆ ਭਾਜੀ, ਵੇਖੋ ਤੁਹਾਨੂੰ ਵੀ ਪਤਾ ਇਹ ਗੱਲ ਦਾ ਵੀ ਅਸੀਂ ਖਰਚਾ ਲਾ ਕੇ ਭੇਜੀ ਆ ਕੁੜੀ, ਧਿਆਨ ਤਾਂ ਫਿਰ ਤਾਂ ਹੀ ਸਾਡਾ ਉੱਥੇ ਆ ਨਾ। ਉਹ ਠੀਕ ਆ, ਮੰਨ ਕੇ ਗੱਲ, ਪਰ ਵੇਖੋ ਹੁਣ ਉੱਥੇ ਗਈ ਆ, ਪ੍ਰਦੇਸ਼ਾਂ 'ਚ ਆ, ਉੱਥੇ ਕੁਛ ਵੀ ਹੋ ਸਕਦਾ ਵਾ, ਹੋ ਸਕਦਾ ਸੇਮ ਹੀ ਨਾ ਉਹਦੇ ਕੋਲ ਹੋਵੇ। ਉਹ ਸਾਨੂੰ ਭਾਜੀ ਗੱਲ ਇਹ ਆ ਵੀ ਅਸੀਂ ਪੈੜੀ ਵੇਚ ਕੇ ਤੁਹਾਨੂੰ ਪਤਾ ਵੀ ਭੇਜਿਆ, ਸਾਨੂੰ ਇਹਦੇ ਇਹਨਾਂ 'ਤੇ ਪਤਾ ਲੱਗੇ ਵੀ ਕੁੜੀ ਪਹੁੰਚ ਗਈ ਆ ਕਿ ਨਹੀਂ ਪਹੁੰਚ ਗਈ। ਭਾਜੀ ਹਾਂਜੀ, ਜੋਤ ਕੱਲ੍ਹ ਦੀ ਪਹੁੰਚ ਗਈ ਹੋਣੀ, ਫਿਕਰ ਨਾ ਕਰੋ, ਕਈ ਵਾਰੀ ਨਾ ਸਫ਼ਰ ਦੇ ਵਿੱਚ ਥਕਾਵਟ ਹੋਈ ਹੁੰਦੀ ਹੈ। ਠੀਕ ਆ ਜੀ, ਕੋਈ ਗੱਲ ਨਹੀਂ, ਜਦੋਂ ਸਾਡੇ ਨਾਲ ਗੱਲ ਹੋਊਗੀ ਨਾ ਤਾਂ ਫਿਰ ਕਰੂਗੀ ਤੁਹਾਨੂੰ ਵੀ ਫੋਨ, ਫਿਕਰ। ਠੀਕ ਹੈ, ਚਲੋ ਠੀਕ ਹੈ ਜੀ। ਵੇਖੋ ਭੈਣ ਜੀ, ਉਹਨੂੰ ਸਾਡਾ ਦਿਲ ਤਾਂ ਨਹੀਂ ਕਰਦਾ, ਪਰ ਅਸੀਂ ਵੀ ਨਾ ਮਜਬੂਰੀ ਵਾਸੀ ਆਏ ਹਾਂ, ਕਿੱਦਾਂ ਖਰਚਾ ਲਾਇਆ ਵਾ ਉਹ ਸਾਨੂੰ ਪਤਾ ਵਾ। ਜੇ ਤੁਸੀਂ ਪੈਸੇ ਕਿਹਾ, ਉਹਨੇ ਪੈਸੇ ਤੁਹਾਡੇ ਹੱਥ 'ਤੇ ਰੱਖੇ, ਜੇ ਤੁਸੀਂ ਉਹਨਾਂ ਦੇ ਪਰੂਫ ਮੰਗੇ ਅਸੀਂ ਉਹ ਤੁਹਾਡੇ ਹੱਥ 'ਤੇ ਰੱਖਤੇ। ਇਹ ਨਾ ਹੋਵੇ ਵੀ ਲੋਕ ਸਾਨੂੰ ਮਖੌਲ ਕਰਨ, ਸਾਨੂੰ ਜੀਣ ਜੋਗੇ ਨਾ ਛੱਡਣ। ਨਹੀਂ ਨਹੀਂ ਭੈਣ, ਤੁਸੀਂ ਫਿਕਰ ਕਿਉਂ ਕਰਦੇ ਜੇ? ਜਦੋਂ ਅਸੀਂ ਤੁਹਾਨੂੰ ਕਹਿਣ ਡਏ ਹਾਂ ਵੀ ਜੋ ਉਹਦਾ ਫੋਨ ਆਊਗਾ ਅਤੇ ਸਮੈਸਟਰ ਉਹਦਾ ਕੰਪਲੀਟ ਹੋਊਗਾ ਤਾਂ ਫਿਰ ਹੀ ਉਹਦੀ ਫਾਈਲ ਲੱਗਣੀ ਆ, ਜੋਬਲ ਫਿਰ ਹੀ ਜਾਊਗਾ। ਚਲੋ ਭੈਣ ਜੀ, ਜਾਣ ਦੀ ਗੱਲ ਤਾਂ ਬੜੀ ਦੂਰ ਵਾ, ਫੋਨ 'ਤੇ ਕਰੇ ਮੁੰਡੇ ਨੂੰ, ਮੁੰਡਾ ਤਾਂ ਫਿਕਰ ਦੇ ਵਿੱਚ ਬੈਠਾ ਵਾ, ਕੱਲ੍ਹ ਦੀ ਰੋਟੀ ਨਹੀਂ ਉਹਨੇ ਖਾਧੀ। ਤੁਸੀਂ ਗੱਲ ਸੁਣੋ, ਉਹਦਾ ਧਿਆਨ ਰੱਖੋ, ਫਿਕਰ ਨਾ ਉਹਦਾ ਕਰੇ, ਅਤੇ ਕੋਈ ਗੱਲ ਨਹੀਂ, ਅਸੀਂ ਕਹਾਂਗੇ ਜੋਤ ਨੂੰ ਜੇ ਫੋਨ ਆਊਗਾ ਨਾ ਤੁਸੀਂ ਪਹਿਲਾਂ ਜੋਬਲ ਨਾਲ ਵੀ ਗੱਲ ਕਰ। ਚਲੋ ਕੋਈ ਨਹੀਂ, ਇਹ ਹੁਣ ਸਾਰਾ ਕੰਮ ਨਾ ਤੁਹਾਡੇ ਹੱਥ 'ਚ ਜੇ, ਮਾਵਾਂ ਬੜਾ ਕੁਝ ਕਰਦੀਆਂ ਵਾ, ਬੜੇ ਪੋਚੇ ਪਾਉਂਦੀਆਂ ਵਾ, ਧੀਆਂ ਪੁੱਤਾਂ ਨੂੰ ਸਮਝਾਉਂਦੀਆਂ ਵਾ। ਜਦੋਂ ਤੁਹਾਨੂੰ ਮੈਂ ਕਹਿਣ ਡਈ ਨਾ, ਤੁਸੀਂ ਫਿਕਰ ਨਾ ਕਰੋ ਕਿਸੇ ਗੱਲ ਦਾ। ਚਲੋ ਕੋਈ ਗੱਲ ਨਹੀਂ, ਕਰਿਓ ਗੱਲ ਜੇ ਆਊਗਾ ਫੋਨ 'ਤੇ। ਕੋਈ ਨਹੀਂ, ਮੇਰੇ ਨਾਲ ਹੁੰਦੀ ਗੱਲ ਨਾ, ਫਿਰ ਮੈਂ ਕਹਿੰਦੀ ਹਾਂ, ਫਿਰ ਤੁਹਾਨੂੰ ਵੀ ਫੋਨ ਕਰੂਗੀ। ਮੈਨੂੰ ਤਾਂ ਨਾ ਕੋਈ ਜ਼ਿਆਦਾ ਤੇਜ਼ ਲੱਗਦੀ ਹੈ ਸੱਸ ਦੀ, ਦੱਸ ਚਾਹ ਘੁੱਟ ਪੀ ਜਾਂਦੇ, ਐਡੀ ਕਾਹਲੀ ਕਾਹਦੀ ਇਹਨਾਂ ਨੂੰ? ਆਹ ਕੋਈ ਰਿਸ਼ਤੇ ਨਿਭਾਉਣ ਵਾਲੀ ਗੱਲ ਕੀਤੀ ਇਹਨਾਂ ਨੇ, ਚਾਹ ਵੀ ਛੱਡ ਗਏ। ਲਵਲੀ ਪੁੱਤ, ਇਹ ਤਾਂ ਹੁਣ ਘਰ ਤੱਕ ਆ ਗਏ ਆ। ਉਹ ਚੱਲ ਕੋਈ ਗੱਲ ਨਹੀਂ ਮੰਮੀ, ਤੁਸੀਂ ਟੈਨਸ਼ਨ ਨਾ ਲਓ, ਅਸੀਂ ਇਹਨਾਂ ਦਾ ਹੀ ਨਾਂ ਲਾਉਣਾ ਵਾ ਵੀ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਸੀ ਤਾਂ ਕਰਕੇ ਉਹਨੇ ਫੋਨ ਨਹੀਂ ਕੀਤਾ। ਆਹੋ ਤਾਂ ਵੇਖ, ਜਿਹੜੀ ਸਾਡੇ ਸਾਹਮਣੇ ਨਹੀਂ ਮਾਣ ਕਿੱਦਾਂ ਦੀਆਂ ਗੱਲਾਂ ਕਰਨ ਡਈ ਸੀ, ਤਾਂ ਕੁੜੀ ਨਾਲ ਘੱਟ ਕਰਦੀ ਆਊਗੀ। ਤਾਂ ਮੈਂ ਤਾਂ ਗਾੜੀਓਂ ਕਹਿਣ ਡਿਆ ਸੀ ਵੀ ਸਾਨੂੰ ਫੋਨ ਆਇਆ ਹੁੰਦਾ ਤਾਂ ਤੁਹਾਨੂੰ ਦੱਸਦੇ। ਇਹੋ ਹੀ ਗੱਲ ਆ, ਤੁਸੀਂ ਵੀ ਇਹੋ ਗੱਲ ਕਿਹੋ ਹੁਣ, ਚੰਗਾ ਤੁਸੀਂ ਐਵੇਂ ਕਹੀ ਜਾਣ ਡੇ, ਕੋਈ ਗੱਲ ਨਹੀਂ ਫੋਨ ਆ ਜਾਊਗਾ, ਦੱਸ ਦਾਂਗੇ ਤੁਹਾਨੂੰ, ਕੀ ਲੋੜ ਪਈ ਸਾਨੂੰ ਦੱਸਣ ਦੀ? ਕੁਲਦੀਪ, ਉਹਨਾਂ ਨੂੰ ਹੌਸਲਾ ਤਾਂ ਦੇਣਾ ਹੈ ਨਾ, ਟਾਲਣਾ ਸੀ ਉਹਨਾਂ ਨੂੰ, ਕੁਛ ਨਾ ਕੁਛ ਤਾਂ ਕਹਿਣਾ ਪੈਣਾ। ਮੈਂ ਤਾਂ ਇਹ ਕਹਿੰਦੀ ਹਾਂ, ਜਿੱਦਾਂ ਅੱਜ ਬਿਨਾਂ ਦੱਸੇ ਆ ਗਏ ਨਾ, ਇਹਨਾਂ ਨੇ ਨਾ ਸਾਡਾ ਘਰ ਹੀ ਵੜ ਵੜ ਖਾ ਲਿਆ ਕਰਨਾ ਹੈ। ਉਹ ਕੋਈ ਗੱਲ ਨਹੀਂ, ਕਾਹਦੀ ਟੈਨਸ਼ਨ ਪੈ ਗਈ ਆ। ਬਾਕੀ ਨਾ ਜੇ ਮੇਰੀ ਜੋਤ ਨਾਲ ਗੱਲ ਹੋਈ ਨਾ, ਤਾਂ ਮੈਂ ਤੈਨੂੰ ਅੱਗੇ ਵੀ ਕਿਹਾ ਸੀ ਵੀ ਤੂੰ ਇਹਨਾਂ ਨੂੰ ਨਾ ਬਲੌਕ 'ਚ ਪਾ ਦੇ, ਅਤੇ ਬਾਕੀ ਫਿਰ ਕਹਿਣਾ ਕਿ ਤੂੰ ਫੋਨ ਹੀ ਨਾ ਕਰੀ। ਤਾਰ ਦਿਓ ਮੈਨੂੰ ਇੱਥੇ, ਚਲੋ।
ਮੈਂ ਨੀ ਹੱਦ ਹੀ ਹੋ ਗਈ ਲੋਕਾਂ ਵਾਲੀ। ਕੁੜੀਆਂ ਜੰਮ ਲੈਂਦੇ ਆ, ਦੂਜਿਆਂ ਦੇ ਆਸਰੇ ਛੱਡ ਛੱਡਦੇ ਆ। ਆਪ ਵੇਖ ਕਿੱਦਾਂ ਤਿਆਰ ਬਿਆਰ ਹੋ ਕੇ ਬੈਠੇ ਸੀਗੇ। ਆ ਗਈ ਪੁੱਤ, ਕੀ ਗੱਲ ਹੋਈ ਆ? ਹੁਣਾ ਹੁਣਾ ਕੀ ਆ, ਉਹਨਾਂ ਦੇ ਪੈਰਾਂ ਤੇ ਪਾਣੀ ਨੀ ਪੈਣ ਦਿੱਤਾ? ਆਂਦੇ ਵੀ ਸਾਨੂੰ ਫੋਨ ਹੀ ਨੀ ਆਇਆ। ਆ ਜਾ ਤੂੰ ਵੀ ਬਹਿ ਜਾ, ਪਾਣੀ ਲਿਆਵਾ। ਨਹੀਂ ਪਾਣੀ ਕੀ ਪੀਣਾ ਵਾ, ਪਹਿਲਾਂ ਗੱਲ ਤੇ ਸੁਣ ਲਾ। ਬਥੇਰਾ ਮੱਥਾ ਮਾਰਿਆ ਤੇ ਉਹਦੇ ਪਿਓ ਦੇ ਮੂੰਹ ਦੇ ਵਿੱਚੋਂ ਨਾ ਮਾੜੀ ਜਿਹੀ ਗੱਲ ਨਿਕਲ ਗਈ ਸੀ। ਉਹ ਸਾਨੂੰ ਸਮਝਦੇ ਸ਼ਦਾਈ, ਪਰ ਇੰਨੇ ਸ਼ਦਾਈ ਤੇ ਅਸੀਂ ਵੀ ਨੀਗੀ ਵੀ ਅਗਲੇ ਦੀ ਗੱਲ ਨਾ ਸਮਝੀਏ। ਝੱਟ ਵੇਖ ਲਈਦਾ ਵੀ ਇਹ ਬੰਦਾ ਕਿੱਥੋਂ ਬੋਲਣ ਡਿਆ ਵਾ। ਜਦੋਂ ਪੈਸੇ ਲੈਣੇ ਨਾ ਉਦੋਂ ਭੱਜੇ ਆਉਂਦੇ ਸੀ, ਉਦੋਂ ਤੇ ਆਉਣਾ ਸੀ। ਦਰਜੀ ਕਹਿੰਦੇ ਕੀ ਹੋ? ਉਹ ਕਹਿਣਾ ਪੁੱਤ ਨਾ ਕੀ ਆ, ਉਹ ਕਹਿੰਦੇ ਸਾਨੂੰ ਵੀ ਨਹੀਂ ਫੋਨ ਆਇਆ। ਝੂਠ ਮਾਰਦੇ ਡੈਡੀ ਹੋ। ਦਰਜੀ ਤਾਂ ਫੋਨ ਉਹਨਾਂ ਨੂੰ ਆ ਗਿਆ ਵਾ, ਉਹਦੇ ਪਿਓ ਦੇ ਮੂੰਹ ਚੋਂ ਗੱਲ ਨਿਕਲ ਗਈ ਸੀ। ਅੱਛਾ ਜੀ, ਕੀ ਕਹਿੰਦੇ? ਪਹੁੰਚ ਗਈ ਆ ਜੋਤ, ਪਹੁੰਚ ਗਈ ਆ ਜੋਤ। ਦਲਜੀਤ ਪੁੱਤ ਉਹਨਾਂ ਨੂੰ ਸਾਰਾ ਪਤਾ ਵਾ ਵੀ ਜੋਤ ਪਹੁੰਚ ਗਈ ਆ। ਗੱਲ ਇਹ ਆ ਵੀ ਉਹਦੇ ਪਿਓ ਦੇ ਮੂੰਹ ਦੇ ਵਿੱਚੋਂ ਨਾ ਗੱਲ ਸੱਚੀ ਨਿਕਲ ਗਈ ਸੀ। ਮੰਮੀ ਫੋਨ ਉਹਨਾਂ ਨੂੰ ਆਉਂਦਾ ਵਾ, ਸਾਨੂੰ ਝੂਠ ਬੋਲਣ ਡੇ ਆ। ਆਹੋ ਮਾਂ ਪਿਓ ਵਾ, ਉਹਨਾਂ ਨੂੰ ਤਾਂ ਫੋਨ ਆਉਣਾ ਹੀ ਆਉਣਾ। ਉਹ ਤਾਂ ਉੱਤਰ ਦੀ ਨੇ ਫੋਨ ਕਰਤਾ। ਰਮਨ ਨੇ ਇਹ ਇੰਨੀਆਂ ਗੱਲਾਂ ਕੀਤੀਆਂ, ਉਹਨਾਂ ਦੀ ਸਿਹਤ ਤੇ ਹੈ ਕੋਈ ਅਸਰ? ਉਹ ਤੇ ਤਿਆਰ ਬਿਆਰ ਹੋ ਕੇ ਐ ਬੈਠੇ ਇਦਾਂ ਵਿਆਹ ਵਾਲਾ ਘਰ ਹੁੰਦਾ ਵਾ। ਤੇ ਮਾਂ ਵੇਖ ਲੈ ਕਿੱਦਾਂ ਕਹਿੰਦੀ, ਭੈਣ ਜੀ ਜੇ ਫੋਨ ਆਉਣਾ ਤੇ ਦੱਸ। ਸੁਣੋ ਗੱਲ, ਉਹ ਆ ਛਿਪਲੇ ਪਿਓ ਜਿਹੜਾ ਬਹੁਤ ਤੇਜ਼ ਤਰਾੜ ਵਾ, ਤੇ ਜਿਹੜੀ ਮਾਂ ਵਾ ਉਹ ਛਿਪਲੀ ਆ। ਆਪਣੀਆਂ ਗੱਲਾਂ ਵਿੱਚ ਲਿਆਉਂਦੀ ਸੀ ਮੈਨੂੰ, ਤੇ ਮੈਂ ਤਾਂ ਸਭ ਕੁਝ ਜਾਣਦੀ ਹਾਂ ਵੀ ਖਰਚਾ ਕਰਾਉਣਾ ਸੀ, ਉਹ ਕਰਾਤਾ। ਤੇ ਬਾਕੀ ਦਲਜੀਤ ਜੋਬਨ ਕਿੱਥੇ ਆ, ਘਰ ਨਹੀਂ ਆਇਆ? ਦੰਦਾ ਬੰਬੀ ਤੇ ਬੈਠਾ ਉਹ ਦੰਦਾ ਜੀ, ਘਰ ਨਹੀਂ ਆਇਆ? ਨਹੀਂ ਆਇਆ ਨਹੀਂ ਉਹ। ਤੇ ਫਿਰ ਰੋਟੀ ਵੀ ਨਹੀਂ ਖਾਧੀ ਹੋਣੀ? ਮੈਂ ਹੋ ਗਈ ਮੈਂ, ਨਾ ਉਹਨੇ ਨਹੀਂ ਖਾਧੀ। ਤੇ ਜਾ ਮੇਰਾ ਪੁੱਤ ਲੈ ਕੇ ਆ। ਜਾਣਾ ਮੈਂ ਜਦ, ਕੋਈ ਗੱਲ ਨਹੀਂ, ਧਿਆਨ ਰੱਖ ਉਹਦਾ, ਫਿਕਰ ਤੇ ਹੁੰਦਾ ਹੀ ਆ। ਮੁੰਡਿਆਂ ਦੇ ਵਿੱਚ ਖਲੋਣਾ ਮੁੰਡਿਆਂ ਨੇ ਮਖੌਲ ਕਰਨੇ ਆ ਵੀ ਕੱਲ ਤੇ ਵਿਆਹ ਕਰਾਉਂਦਾ ਫਿਰਦਾ ਹਾਂ, ਅੱਜ ਉਹ ਬਾਹਰ ਚਲ ਗਈ ਆ ਤੇ ਤੈਨੂੰ ਫੋਨ ਵੀ ਨਹੀਂ ਕਰਦੀ। ਸੁਣ ਯਾਰ, ਇੰਨੇ ਦਿਨ ਗਏ ਨੂੰ ਹੋ ਗਏ ਆ ਤੇ ਫੋਨ ਨਹੀਂ ਕਰ ਸਕਦੀ ਉਹ? ਤੇ ਰਮਨ ਮੇਰਾ ਇਰਾਦਾ ਵਾ ਵਿਚੋਲੇ ਨੂੰ ਨਾ ਭੇਜੀਏ ਭਾਜੀ ਹੁਣ, ਆਪੇ ਦੱਸਣ ਗਈ ਵੀ ਫੋਨ ਆਇਆ ਕਿ ਜਾਂ ਨਹੀਂ ਆਇਆ। ਚਲੋ ਜੇ ਤੁਸੀਂ ਕਹਿੰਦੇ ਜੇ ਤਾਂ ਭੇਜ ਦਿਓ, ਪਰ ਮੇਰੀ ਇੱਕ ਗੱਲ ਸੁਣ ਲਓ, ਖੇੜਾ ਇਹਨਾਂ ਦਾ ਮੈਂ ਵੀ ਨਾ ਛੱਡਿਆ। ਇਹਨਾਂ ਦੇ ਸ਼ਰੀਕੇ ਦੇ ਵਿੱਚ ਨਾ ਜਲੂਸ ਤੇ ਇਹਨਾਂ ਦਾ ਮੈਂ ਕੱਢ ਦੂੰਗੀ ਵੀ ਇਹਨਾਂ ਨੇ ਸਾਡੇ ਨਾਲ ਆਹ ਕੰਮ ਕੀਤਾ ਵਾ। ਰਮਨ ਜਲੂਸ ਦੀ ਨਹੀਂ ਪਰਵਾਹ ਉਹਨਾਂ ਨੂੰ। ਪਰਵਾਹ ਨਹੀਂ ਗੀ, ਜਦੋਂ ਇੱਦਾਂ ਦੀ ਗੱਲਬਾਤ ਕੋਈ ਹੋ ਜੇ ਨਾ ਬੰਦਾ ਬਾਹਰ ਮੂੰਹ ਵਿਖਾਉਣ ਜੋਗਾ ਨਹੀਂ ਰਹਿੰਦਾ। ਲੋਕਾਂ ਨੇ ਇਹੋ ਗੱਲ ਕਹਿਣੀ ਨਾ ਵੀ ਉਹਨਾਂ ਨੂੰ ਲੁੱਟ ਕੇ ਖਾ ਗਏ ਜੇ, ਕੁੜੀ ਆਪਣੀ ਬਾਹਰ ਘੱਲਤੀ ਹੁਣ ਉਹ ਤੁਹਾਡੇ ਘਰ ਫੇਰੇ ਮਾਰਨ ਡਏ ਆ, ਤੇ ਲੋਕਾਂ ਨੂੰ ਕੀ ਜਵਾਬ ਦੇਣਗੇ? ਜੇ ਤੇ ਸ਼ਰਮ ਵਾਲੇ ਹੋਣਗੇ ਤੇ ਬਾਹਰ ਨਾ ਫਿਰ ਨਿਕਲਣਗੇ। ਮੇਰੀ ਗੱਲ ਸੁਣ, ਅਸੀਂ ਦੋਵਾਂ ਜੀਆਂ ਨੇ ਇੰਨੀਆਂ ਗੱਲਾਂ ਕੀਤੀਆਂ, ਉਹਨਾਂ ਦੀ ਸਿਹਤ ਤੇ ਹੈ ਹੀ ਕੋਈ ਅਸਰ? ਉਹਨਾਂ ਦੀ ਸਿਹਤ ਤੇ ਅਸਰ ਕਾਹਦਾ ਹੋਣਾ, ਉਹ ਤੇ ਪਹਿਲੇ ਦਿਨੋਂ ਠੱਗੀ ਤੇ ਸੀਗੇ ਵੀ ਅਸੀਂ ਕੁੜੀ ਘੱਲਣੀ ਆ, ਮੁੰਡੇ ਦਾ ਤਾਂ ਪਹਿਲੇ ਦਿਨੋਂ ਨਾਂ ਨਹੀਂ ਲੈਂਦੇ। ਉਹ ਚੱਲ ਰਮਨ, ਜੇ ਸਾਨੂੰ ਨਹੀਂ ਨਾ ਦੱਸਿਆ ਤੇ ਵਿਚੋਲੇ ਨੂੰ ਭੇਜ ਦਿੰਦੇ ਆ, ਉਹਨੂੰ ਤੇ ਕੋਈ ਨਾ ਕੋਈ ਦੱਸਣਗੇ ਹੀ। ਚਲੋ ਇੱਕ ਵਾਰ ਉਹਨੂੰ ਵੀ ਕਹਿ ਕੇ ਵੇਖ ਲਓ, ਪਰ ਇੱਕ ਗੱਲ ਦਾ ਧਿਆਨ ਰੱਖਿਓ, ਮੁੰਡੇ ਦਾ ਧਿਆਨ ਰੱਖਿਓ। ਹੁਣ ਗਿਆ ਤਾਂ ਹੈ ਦਲਜੀਤ, ਕਹਿੰਦਾ ਮੈਂ ਲਿਆਉਣਾ ਉਹਨੂੰ ਸੱਦ ਕੇ। ਵੇਖੋ ਬਾਹਰ ਮਾਰੋ ਝਾਤੀ ਵੀ ਆਉਂਦੇ ਆ ਕਿ ਨਹੀਂ ਆਉਂਦੇ, ਹੈਗਾ ਵੀ ਆ ਬੰਬੀ ਤੇ। ਮੈਨੂੰ ਤੇ ਸੰਦੀਪ ਦੇ ਰਾਤ ਨਾ ਜੋ ਬੰਦਾ ਫਿਕਰ ਵੜ ਵੜ ਖਾਈ ਜਾਂਦਾ। ਚੱਲ ਇੱਕ ਵਾਰ ਫੋਨ ਕਰਦੇ, ਹੌਸਲਾ ਜਿਹਾ ਤੇ ਹੋ ਜਾਂਦਾ ਵਾ ਨਾ। ਮੰਮੀ ਉਹਨਾਂ ਨੇ ਨਾ ਆਪਣੀ ਕੁੜੀ ਭੇਜਣੀ ਸੀ, ਬਸ ਉਹ ਭੇਜ ਦਿੱਤੀ ਆ, ਹੁਣ ਨਹੀਂ ਉਹਨਾਂ ਨੇ ਪੁੱਛਣਾ ਸਾਨੂੰ। ਹਾਂ ਹੈ, ਮੈਂ ਤਾਂ ਕਿਹਾ ਪੜ੍ਹੇ ਲਿਖੇ ਆ, ਚੰਗੇ ਭਲੇ ਆ, ਕੋਈ ਗੱਲ ਨਹੀਂ ਕਰ ਦਿੰਦੇ ਆ ਰਿਸ਼ਤਾ। ਮੈਨੂੰ ਕੀ ਪਤਾ ਸੀ ਵੀ ਢਿੱਡ ਦੇ ਵਿੱਚ ਬੇਈਮਾਨੀ, ਇਹਨਾਂ ਦੇ ਪੈਸੇ ਲਵਾਉਣੇ ਆ ਸਾਡੇ। ਕੀ ਸੋਚ ਸਕਦੇ, ਤੇ ਹੁਣ ਜੋਤ ਨੂੰ ਚਾਹੀਦਾ ਨਾ ਕਿ ਫੋਨ ਕਰਨਾ, ਕੀ ਪਤਾ ਉਹਨਾਂ ਨੇ ਨਹੀਂ ਮਨਾ ਕੀਤਾ ਕਿ ਫੋਨ ਨਾ ਕਰੀ। ਵੇਖ ਲਾ ਪੁੱਤ, ਅਸੀਂ ਗਏ ਆ ਨਾ ਇੱਕੋ ਵਰਾਂ ਚਾਹ ਦੀ ਸੁਲਾ ਮਾਰੀ ਆ, ਤੇ ਅਸੀਂ ਕਿਹਾ ਨਹੀਂ ਅਸੀਂ ਨਹੀਂ ਪੀਣੀ ਨਾ, ਉਹਨਾਂ ਜ਼ੋਰ ਹੀ ਨਹੀਂ ਲਾਇਆ ਵੀ ਸਾਡੇ ਰਿਸ਼ਤੇਦਾਰ ਵਾ, ਚਾਹ ਪੀਤੀ ਤੋਂ ਬਿਨਾਂ ਅਸੀਂ ਜਾ ਨਹੀਂ ਦੇਣਾ ਨਾ। ਅਸੀਂ ਚੁੱਪ ਕਰਕੇ ਉੱਠ ਕੇ ਆ ਗਏ ਹਾਂ, ਤਾਂ ਮਾਂ ਨੂੰ ਆ ਵਾ, ਸਹੀ ਗੱਲ ਭੁੱਖੇ ਹੀ ਆ।
ਆ ਤੇ ਨਾ ਵਿਚੋਲੇ ਨੇ ਸਾਨੂੰ ਫਸਾ ਹੀ ਦਿੱਤਾ ਈ ਓ ਤੇਰਾ ਭੈਲੀ ਵੀ ਗਈ ਤੇ ਸਭ ਕੁਝ ਗਿਆ। ਚਾਹ ਨੂੰ ਕਿਹੜਾ ਸੰਦੀਪ ਜੀ ਕਰਨ ਡਿਆ ਵਾ। ਆ ਤੇ ਨਾ ਲੋਕਾਂ ਦਾ ਮੈਨੂੰ ਲੱਗਦਾ ਹਾਸੋ ਹਾਨਾ ਹੀ ਹੋਣਾ ਈ ਓ, ਲੋਕਾਂ ਮਖੌਲ ਹੀ ਕਰਨੇ ਆ। ਚਲ ਗਈ ਨੂੰਹ ਬਾਹਰ, ਮੁੰਡੇ ਨੇ ਕਦੋਂ ਜਾਣਾ ਵਾ ਤੇ ਕੀ ਜਵਾਬ ਦੇਵਾਂਗੇ ਵੀ ਫੋਨ ਹੀ ਨਹੀਂ ਆਉਂਦਾ ਉਹਦਾ। ਤੇ ਹੁਣ ਮੈਨੂੰ ਲੱਗਦਾ ਇੱਦਾਂ ਹੀ ਆ, ਕਿਉਂਕਿ ਉਸ ਤਿੰਨੇ ਜਾਣੇ ਜਿਹੜੇ ਨਾ ਮੋਮੋ ਠੱਗਣੇ ਆ। ਮੁੰਡੇ ਦੀਆਂ ਵੇਖ ਮੁੰਡਾ ਕਿੱਦਾਂ ਗੱਲਾਂ ਕਰਦਾ ਹੈ, ਉਹਨੂੰ ਇੰਨਾ ਨਹੀਂ ਵੀ ਮੇਰੇ ਨਾਲੋਂ ਵੱਡੇ ਆ ਜਾਂ ਮੇਰਾ ਮਾਂ ਪਿਓ ਗੱਲ ਕਰਨ ਡਿਆ ਵਾ, ਮੈਂ ਚੁੱਪ ਹੀ ਕੀਤਾ ਰਹਾਂ ਨਾ। ਤਾੜ ਤਾੜ ਗਾੜੀ ਜਵਾਬ ਦਿੰਦਾ ਸੀ, ਕੋਈ ਗੱਲ ਨਹੀਂ ਨਾ ਖੜਿਆ ਨਾ ਮੇਰੇ ਪੁੱਤ ਨੂੰ, ਵੇਖੀ ਸਹੀ ਤੁਹਾਡਾ ਜਲੂਸ ਕਿੱਦਾਂ ਕੱਢਦੀ ਆ। ਯਾਦ ਰੱਖੋਗੇ ਤੁਸੀਂ ਵੀ ਵਾਹ ਕਿੰਨਾ ਨਾ ਪਿਆ ਸੀ। ਹਾਂਜੀ ਹਾਂਜੀ ਭਾਅ ਜੀ, ਪਹੁੰਚ ਗਈ ਆ ਜੋਤ। ਹਾਂ ਹਾਂ ਕਰਤਾ ਸੀ ਉਹਨੇ ਫੋਨ ਉੱਦਣ ਜਾ ਕੇ। ਹਾਂ ਚਲੋ ਸਾਰਾ ਕੰਮ ਤੁਸੀਂ ਕਰਾਇਆ ਵਾ ਕੇ। ਹਾਂਜੀ ਹਾਂਜੀ ਉਹ ਫੋਨ ਤਾਂ ਮੈਂ ਤਾਂ ਕੀਤਾ ਸੀ, ਜੋਤ ਦੇ ਨਾ ਸਹੁਰੇ ਆਏ ਸੀ ਇੱਕ ਦਿਨ, ਇੱਥੇ ਵਾਹਵਾ ਵੱਧ ਘੱਟ ਬੋਲ ਕੇ ਗਏ ਆ, ਉਹ ਇਸੇ ਗੱਲੋਂ ਵੀ ਫੋਨ ਨਹੀਂ ਕੀਤਾ ਜੋਤ ਨੇ ਜਾ ਕੇ, ਅਸੀਂ ਜੋ ਕਹਿ ਕੇ ਘੱਲਿਆ ਸੀ ਵੀ ਉਹਨਾਂ ਨੂੰ ਫੋਨ ਨਾ ਕਰੀ। ਅਤੇ ਬਾਕੀ ਇਹ ਆ ਵੀ ਹੁਣ ਤੁਹਾਡੇ ਕੋਲ ਆਉਣਾ ਉਹਨਾਂ ਨੇ। ਹਾਂਜੀ ਹਾਂਜੀ ਇੱਥੇ ਆਉਣਗੇ ਨਾ ਅਤੇ ਫਿਰ ਆਪਣੇ ਹਿਸਾਬ ਨਾਲ ਕੱਲ੍ਹ ਨਾ ਦੂਜੇ ਬੰਨੇ ਪਾ ਦਿਓ ਕਿ ਕੋਈ ਗੱਲ ਨਹੀਂ ਜੋ ਬੰਨੇ ਵੀ ਚੱਲ ਜਾਣਾ ਵਾ ਛੇਤੀ, ਵੀ ਆਪਾਂ ਤਾਂ ਇਹੋ ਕਿਹਾ ਵਾ। ਚਲੋ ਕੋਈ ਗੱਲ ਨਹੀਂ, ਜਿੱਦਣ ਵੀ ਆਉਣਗੇ ਨਾ ਤੁਸੀਂ ਮੈਨੂੰ ਫੋਨ ਕਰਿਓ ਕਿ ਅੱਜ ਹੋ ਕੇ ਗਏ ਇੱਥੋਂ। ਉਹ ਆਹੋ ਇੱਥੇ ਵੀ ਬੋਲਦੇ ਸੀ ਆਣ ਕੇ ਕਿ ਤੁਸੀਂ ਸਾਡੇ ਨਾਲ ਧੋਖਾ ਕਰਨ ਡੇ ਜੇ। ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ, ਜਿੱਦਣ ਆਉਣਗੇ ਨਾ ਤੁਸੀਂ ਫੋਨ ਕਰ ਦਿਓ ਸਾਨੂੰ। ਉਹ ਇੱਕ ਗੱਲ ਭਾਅ ਜੀ ਹੋਰ ਯਾਦ ਰੱਖਿਓ, ਮੇਰਾ ਵੀ ਕੰਮ ਕਰਾਉਣਾ ਜੀ। ਹਾਂਜੀ ਹਾਂਜੀ ਜਿੰਨੀ ਵੀ ਜਲਦੀ ਹੋ ਸਕਦਾ ਵਾ ਨਾ ਉਨੀ ਜਲਦੀ ਤੁਸੀਂ ਕਰਾ ਦਿਓ। ਹਾਂਜੀ ਚਲੋ ਠੀਕ ਹੈ ਲਵਲੀ। ਹਾਂਜੀ ਉਹ ਯਾਰ ਫਿਰ ਬਾਰ ਬਾਰ ਫੋਨ ਕਰੀ ਜਾਂਦਾ ਜੀ ਉਹ ਦਲਜੀਤ ਜੋ ਬੰਦਾ ਭਰਾ, ਅਤੇ ਮੈਂ ਨਹੀਂ ਉਹ ਚੁੱਕਿਆ। ਉਹ ਤੁਸੀਂ ਚੁੱਕ ਕੇ ਕਹਿਣਾ ਸੀ ਨਾ ਵੀ ਲਵਲੀ ਨਾਲ ਗੱਲ ਕਰ ਲਾ। ਤੂੰ ਆਪੇ ਕਰ ਲਾ ਉਹਨੂੰ ਫੋਨ, ਠੀਕ ਆ। ਏਜੰਟ ਨੂੰ ਕਹਿਤਾ? ਉਹਨੂੰ ਮੈਂ ਹੁਣੇ ਹੋਣ ਡੀ ਮੇਰੇ ਨਾਲ ਗੱਲ ਉਹਦੀ, ਅਤੇ ਮੈਂ ਦੱਸਣ ਡਿਆ ਇਹਨੂੰ ਕਿ ਜੋ ਉਹਦੇ ਸਹੁਰੇ ਆਏ ਸੀ ਅਤੇ ਉਹ ਡੇ ਇੱਥੇ ਬੋਲਣ, ਠੀਕ ਆ। ਅਤੇ ਜੇ ਇੱਥੇ ਆਉਣਗੇ ਤਾਂ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ ਗੱਲ। ਤੂੰ ਇੱਦਾਂ ਕਰ ਨਾਲੇ ਤਾਂ ਉਹਦੇ ਨਾਲ ਗੱਲ ਕਰ ਲਾ, ਅਤੇ ਬਹੁਤੀ ਗੱਲ ਉਹਦੇ ਨੂੰ ਕਹੀਂ ਵੀ ਆਹ ਕਰ ਲਓ ਦਫ਼ਤਰ ਵੀ ਗੱਲ, ਠੀਕ ਆ। ਕੋਈ ਗੱਲ ਨਹੀਂ ਮੈਂ ਆਪ ਹੀ ਫੋਨ ਕਰ ਲੈਂਦਾ। ਆਹ ਉਹਨੂੰ ਪੁੱਛ ਲਓ ਜੋ ਬੰਦਾ ਆਉਣ ਡਿਆ ਕਿ ਜਾਂ ਦੂਜੇ ਦਾ ਆਉਣ ਡਿਆ ਭਰਾ ਦਿੱਤਾ। ਨਹੀਂ ਉਹਦੇ ਭਰਾ ਦਾ ਵਾ। ਕੋਈ ਗੱਲ ਨਹੀਂ ਮੈਂ ਆਪੇ ਗੱਲ ਕਰ ਲੈਂਦਾ ਉਹਨੂੰ। ਆਹੋ ਕਹੀਂ ਵੀ ਮੈਂ ਸਗੋਂ ਤੁਹਾਡੇ ਬਦਲੇ ਫੋਨ ਕਰਨ ਡਿਆ ਵਾਂ ਏਜੰਟ ਨੂੰ ਵੀ ਛੇਤੀ ਕੰਮ ਬਣ ਜਾਏ ਜੋ ਬੰਦਾ, ਅਤੇ ਤੁਸੀਂ ਸਾਨੂੰ ਪਰੇਸ਼ਾਨੀ 'ਚ ਪਾਉਣ ਡਿਆ ਜੇ ਫੋਨ ਨਹੀਂ ਆਇਆ। ਕੋਈ ਗੱਲ ਨਹੀਂ ਡੈਡੀ ਜੀ, ਮੈਂ ਸਾਰੇ ਹੱਲ ਸੋਚੇ ਆ, ਤੁਸੀਂ ਟੈਨਸ਼ਨ ਨਾ ਲਓ, ਮੈਂ ਆਪੇ ਫੋਨ 'ਤੇ ਗੱਲ ਕਰ ਲੈਂਦਾ ਉਹਨਾਂ। ਕਰ ਲਾ ਮੈਂ ਨਹੀਂ ਚੁੱਕਣਾ। ਹਾਂ ਮੈਂ ਤਾਂ ਨਹੀਂ ਚੁੱਕਣਾ ਫੋਨ ਹੁਣ, ਠੀਕ ਆ। ਅਤੇ ਤੂੰ ਇੱਦਾਂ ਕਰ, ਹਾਂਜੀ ਆਪਣੇ ਡਾਕੂਮੈਂਟ 'ਤੇ ਤਿਆਰ ਕਰ ਲਾ। ਉਹ ਕੋਈ ਗੱਲ ਨਹੀਂ ਡੈਡੀ ਜੀ, ਉਹ ਵੀ ਕਰ ਲੈਂਦੇ ਹਾਂ ਜੇ ਇੰਟਰਵਿਊ 'ਤੇ ਕੁਛ ਪਤਾ ਲੱਗੇ। ਅਜੇ ਰੁਪਿੰਦਰ ਦਾ ਜਿਹੜਾ ਨਾ ਨਾਂ ਉਹ ਪਾਸਪੋਰਟ 'ਤੇ ਚੜ੍ਹਨ ਵਾਲਾ ਵਾ, ਉੱਥੇ ਜਾਓ ਉੱਥੇ ਹੁਸ਼ਿਆਰਪੁਰ, ਠੀਕ ਆ। ਉਹ ਕਰਵਾ ਕੇ ਆ ਕੇ ਫਿਰ। ਉਹ ਕੋਈ ਗੱਲ ਨਹੀਂ, ਅੱਜ ਤਾਂ ਮੈਨੂੰ ਕੰਮ ਆ ਥੋੜ੍ਹਾ ਜਿਹਾ। ਕੰਮ ਤੈਨੂੰ ਕਾਹਦੇ ਆ, ਇੱਦਾਂ ਫਿਰਦਾ ਰਹਿੰਦਾ ਤੂੰ। ਉਹ ਚੱਲ ਕੋਈ ਗੱਲ ਨਹੀਂ ਕਰਾ ਲਈ ਨਾ, ਉਹ ਵੀ ਕਰਾ ਲਾ ਕਾ, ਪਤਾ ਮੈਨੂੰ ਜਿੰਨਾ ਕੁ ਤੂੰ ਡਿਆ ਕੰਮ ਕਰਨ, ਠੀਕ ਆ ਨਾ। ਉਹ ਚਲੋ ਕੋਈ ਗੱਲ ਨਹੀਂ, ਅੱਜ ਮੈਨੂੰ ਹੋ ਆਉਂਦਾ ਹਾਂ, ਕੱਲ੍ਹ ਨੂੰ ਫਿਰ ਮੈਂ ਕਰਾ ਲੈਂਦਾ ਵਾਂ ਕਰਵਾ, ਅਤੇ ਨਾਲੇ ਮੈਂ ਦਲਜੀਤ ਨੂੰ ਕਰ ਲੈਂਦਾ ਫੋਨ ਕੀ ਜਾਂਦਾ ਭਲਾ। ਚੱਲ ਠੀਕ ਆ, ਆਹ ਕਰ ਲਾ ਫਿਰ, ਠੀਕ ਆ। ਇੱਦਾਂ ਕਰਨਾ ਦਲਜੀਤ ਨੂੰ ਫੋਨ ਲਾਉਂਦਾ, ਐਵੇਂ ਬਾਰ ਬਾਰ ਫੋਨ ਕਰੀ ਜਾਂਦਾ ਡੈਡੀ ਨੂੰ। ਹੈਲੋ